खबर आ रही है गुरदासपुर से, जहां एक और मोटरसाइकिल चोर सीसीटीवी फुटेज के आधार पर पहचाना गया और पुलिस के द्वारा उसे दर दबोचा गया। पूछताछ के बाद पुलिस ने उससे दो और चोरी के मोटरसाइकिल भी बरामद किए। थाना सिटी प्रभारी ने बताया कि 6 दिसंबर को उनके पास एक मोटरसाइकिल चोरी होने की शिकायत दर्ज हुई थी। आसपास के कैमरे खंगाल कर पुलिस द्वारा मोटरसाइकिल चोर को दर दबोचा गया। गुरदासपुर से रोहित गुप्ता की रिपोर्ट, लाइव भारत। मिति 6/12 लखवीर सिंह पुत्र दर्शन सिंह वासी बब्बे हाली जिहदी टायर पंचरां दी दुकान मान कौर सिंह विखे आ, उहने साडे पास बयान लिखवाया कि उहदा मोटरसाइकिल डीलैक्स BB06Q1325 ਜਿਹੜਾ ਕਿ ਉਹਨੇ ਦੁਕਾਨ 'ਤੇ ਲਗਾਇਆ ਸੀਗਾ ਉਹ ਕੋਈ ਚੋਰੀ ਕਰਕੇ ਲੈ ਗਿਆ। ਉਹਨੂੰ ਆਪਣਾ ਸਿਟੀ ਫੁਟੇਜ ਦੇ ਆਧਾਰ 'ਤੇ ਦੱਸਿਆ ਵੀ ਮੇਰੀ ਜਿਹੜੀ ਚੋਰੀ ਮੇਰੀ ਇਹ ਕੀਤੀ ਮੋਟਰਸਾਈਕਲ ਦੀ, ਉਹ ਸੰਨੀ ਮਸੀਹ ਸਾਨੂੰ ਪ੍ਰੇਮ ਸੀ ਵਾਸੀ ਪਾੜਾ ਜਿਹੜਾ ਕਿ ਹੁਣ ਬੈਕ ਸਾਈਡ ਥਾਣੇ ਸਦਰ ਦੇ ਪਿੱਛੇ ਪ੍ਰੇਮ ਨਗਰ ਰਹਿੰਦਾ ਵਾ, ਉਹਨੇ ਕੀਤਾ। ਅਸੀਂ ਮੁਕੱਦਮਾ ਜਿਹੜਾ ਦਰਜ ਕਰਕੇ ਤਫਤੀਸ਼ ਸ਼ਾਮਿਲ 'ਚ ਲਿਆਂਦੀ ਅਤੇ ਗੁਰੂ ਨਾਨਕ ਪਾਰਕ ਲਾਗੋਂ ਇਹਨੂੰ ਸਮੇਤ ਮੋਟਰਸਾਈਕਲ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਇਹਦੇ ਕੋਲ ਫਰਦਰ ਪੁੱਛਗਿੱਛ ਕੀਤੀ ਅਤੇ ਇਹਨੂੰ 2 ਮੋਟਰਸਾਈਕਲ ਚੋਰੀ ਦੇ ਹੋਰ ਬਰਾਮਦ ਕਰਵਾਏ ਕਿ ਮੈਂ ਇਹ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀ। ਇਹ ਦੋਵੇਂ ਮੋਟਰਸਾਈਕਲ ਉਹਨੇ ਆਪਣੇ ਪ੍ਰੇਮ ਨਗਰ ਕਿਰਾਏ 'ਤੇ ਰਹਿੰਦਾ ਵਾ, ਉੱਥੋਂ ਬਰਾਮਦ ਕਰਵਾਏ। ਇਸ ਤੋਂ ਇਹਨੂੰ ਕੋਰਟ ਵਿੱਚ ਪੇਸ਼ ਕਰਕੇ ਤਾਂ ਰਿਮਾਂਡ ਲਿਆ ਗਿਆ ਵਾ। ਉਮੀਦ ਆ ਕਿ ਇਹਦੇ ਕੋਲ ਹੋਰ ਵੀ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣਗੇ। ਸਰ ਇੱਥੇ ਕੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜਾਂ ਪਹਿਲਾਂ? ਨਹੀਂ, ਇਹਦੇ 'ਤੇ ਪਹਿਲੇ ਚੋਰੀ ਇਸ ਦਾ ਕੋਈ ਮੁਕੱਦਮਾ ਨਹੀਂ ਦਰਜ। ਇਹ ਜਿਹੜਾ ਵਾ ਪਹਿਲੇ ਮੁਕੱਦਮਾ ਪਹਿਲਾਂ ਇੱਥੇ ਆ ਮੁਕੱਦਮਾ ਦਰਜ ਆ। ਇਨ ਜਿਹੜੇ ਵੀ ਇਹਦੀ ਇਹਦਾ ਵਾਰਦਾਤ ਦਾ ਤਰੀਕਾ ਹੈ ਵੀ ਪਹਿਲੇ ਉੱਥੇ ਮੋਟਰ ਦੀ ਰੈਕੀ ਕਰਦਾ ਵਾ, ਮੋਟਰਸਾਈਕਲ ਦੀ ਫਿਰ ਚਾਬੀ ਲਾ ਕੇ ਅਤੇ ਫਟਾਫਟ ਲੈ ਕੇ ਨਿਕਲ ਜਾਂਦਾ। ਸਰ ਇਹਦੇ ਨਾਲ ਹੋਰ ਵੀ ਕੋਈ ਹੈਗੇ ਬੰਦੇ ਜਿਹੜੇ ਇਹ 'ਚ ਸ਼ਾਮਿਲ ਹੋਣਗੇ? ਇਹਦਾ ਜੋ ਇਹਦਾ ਮੋਬਾਈਲ ਆ ਉੱਤੋਂ ਅਸੀਂ ਨੰਬਰ ਕੱਢ ਕੇ ਹੋਰ ਵੀ ਵੇਖ ਰਹੇ ਹਾਂ ਵੀ ਸ਼ਾਇਦ ਇਹਦਾ ਕੋਈ ਸਾਥੀ ਹੋਰ ਵੀ ਹੋਣ। ਫਿਰ ਵੀ ਅਸੀਂ ਜਿਹਦੀ ਪੁੱਛਗਿੱਛ ਕਰ ਰਹੇ ਹਾਂ, ਪੁੱਛਗਿੱਛ ਜੋ ਫਰਦਰ ਜਿਹਦਾ ਨਾਂ ਆਏਗਾ ਉਹਨੂੰ ਬਿਲਕੁਲ ਮੁਕੱਦਮੇ 'ਚ ਸ਼ਾਮਿਲ ਕੀਤਾ ਗਿਆ। ਸਰ ਕੀ ਮਾਮਲਾ ਦਰਜ ਕੀਤਾ, ਕਿਹੜਾ ਕਿਹੜਾ ਮਾਮਲਾ ਦਰਜ ਕੀਤਾ? 379/411 APC ਦਾ ਮਾਮਲਾ ਦਰਜ ਕੀਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ JP ਸਿੰਘ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ। COVID-19 ਦੀ ਮਹਾਮਾਰੀ ਤੋਂ ਬਾਅਦ UK, USA, ਕੈਨੇਡਾ, ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਆਇਆ ਹੈ ਵੱਡਾ ਬਦਲਾਅ। ਜੇਕਰ ਤੁਸੀਂ ਵੀ ਇਹਨਾਂ ਕੰਟਰੀਆਂ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਐਕਸਪਰਟ ਟੀਮ ਤੋਂ ਸਲਾਹ ਲੈਣਾ ਨਾ ਭੁੱਲਣਾ, ਕਿਉਂਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਹੈ ਪਿਛਲੇ 13 ਸਾਲ ਦਾ ਵੱਡਾ ਤਜਰਬਾ, ਜਿਨ੍ਹਾਂ ਦੀ ਮਦਦ ਦੇ ਨਾਲ ਹਜ਼ਾਰਾਂ ਹੀ ਪੰਜਾਬ ਦੇ ਨੌਜਵਾਨ ਵਿਦੇਸ਼ ਦੇ ਵਿੱਚ ਆਪਣਾ ਚੰਗਾ ਭਵਿੱਖ ਬਣਾ ਚੁੱਕੇ ਨੇ। ਜੇਕਰ ਤੁਸੀਂ ਵੀ ਵਿਦੇਸ਼ ਪੜ੍ਹਾਈ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਡਿਸਪਲੇ ਹੋ ਰਹੇ ਨੰਬਰ 'ਤੇ ਕਾਲ ਕਰਕੇ ਤੁਸੀਂ ਮੈਨੂੰ ਅੰਮ੍ਰਿਤਸਰ ਅਤੇ ਜਲੰਧਰ ਆਫਿਸ ਦੇ ਵਿੱਚ ਮਿਲ ਸਕਦੇ ਹੋ ਔਰ ਅਸੀਂ ਕਰਾਂਗੇ ਤੁਹਾਡਾ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਾਕਾਰ। ਧੰਨਵਾਦ।